ਤੇ ਸਾਰੇ ਲਿੰਕਸ ਨਾਲ ਇੰਟਰਡਿਊਸ ਕਰਵਾਇਆ ਕਿ ਵੀ ਇਹ ਤੁਹਾਨੂੰ ਸਾਰੇ ਇਲੈਕਸ਼ਨ ਸਪੋਰਟ ਕਰਨਗੇ। ਮੈਂ ਤਾਂ ਸਿਰਫ ਲੋਕਾਂ ਦੇ ਅੱਗੇ ਜਾ ਕੇ ਹੱਥ ਜੋੜ ਰਹੀ ਹਾਂ ਜੀ ਕਿ ਭਰੋਸਾ ਕਰਕੇ ਦੇਖ ਲਓ, ਸ਼ਾਇਦ ਲੋਕ ਮੇਰੇ ਮੈਨੂੰ ਉਸ ਨਜ਼ਰ ਨਾਲ ਦੇਖ ਰਹੇ ਹੈ ਕਿ ਇਹਦੇ ਉੱਪਰ ਭਰੋਸਾ ਕੀਤਾ ਜਾ ਸਕਦਾ ਹੈ। ਜਿੱਥੇ ਜਿੱਥੇ ਅਸੀਂ ਜਾ ਰਹੇ ਹਾਂ ਸਪੈਸ਼ਲੀ ਪਿੰਡਾਂ 'ਚ, ਤਾਂ ਪਿੰਡਾਂ 'ਚ ਤੋਂ ਲੋਕ ਕਹਿ ਰਹੇ ਕਿ ਅਸੀਂ ਪਿਛਲੇ 5 ਸਾਲਾਂ 'ਚ ਸਾਡੇ ਜਿਹੜੇ MP ਸਾਹਿਬ ਸੀ ਉਹਨਾਂ ਦੀ ਕਦੀ ਸ਼ਕਲ ਹੀ ਨਹੀਂ ਦੇਖੀ। ਦੇਖੋ ਇਹ ਤਾਂ ਵਕਤ ਬਤਾਏਗਾ, ਵੋਟਰਸ ਦੱਸਣਗੇ, ਇਲੈਕਸ਼ਨ ਦਾ ਜਦੋਂ ਰਿਜ਼ਲਟ ਆਏਗਾ ਸਾਰਾ ਕੁਝ ਸਾਫ਼ ਹੋਊਗਾ। ਅਤੇ ਮੈਂ ਆਪਣੀ ਝੋਲੀ ਖੋਲ੍ਹ ਕੇ ਖੜੀ ਹੋ ਗਈ। ਮੈਂ ਪਹਿਲੀ ਵਾਰ ਇੱਦਾਂ ਦੇਖਿਆ ਸੀ ਕਿ ਲੋਕ ਮੈਨੂੰ ਆਸ਼ੀਰਵਾਦ ਵੀ ਦੇ ਕੇ ਗਏ, 10 ਰੁਪਏ, 20 ਰੁਪਏ, 50 ਰੁਪਏ, 100 ਰੁਪਏ, ਜਿੰਨਾ ਜਿਹਦੇ ਕੋਲੋਂ ਬਣਿਆ ਉਹ ਸਾਰਾ ਕੁਝ ਉਹਨਾਂ ਨੇ ਮੈਨੂੰ ਦਿੱਤਾ, ਆਸ਼ੀਰਵਾਦ ਦਿੱਤਾ। ਤਾਂ ਮੈਨੂੰ ਇਹ ਕਿਹਾ ਕਿ ਬੇਟਾ ਤੂੰ ਫਿਕਰ ਨਾ ਕਰ, ਠੀਕ ਹੈ, ਅਸੀਂ ਤੈਨੂੰ ਲੋਕ ਸਭਾ 'ਚ ਪਹੁੰਚਾ। ਅਗਲੀ ਵੀ ਜਿਹੜੀ ਪੋਲਿਸੀ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈ ਸੈਂਟਰ ਗਵਰਨਮੈਂਟ ਵੱਲੋਂ, ਉਹ ਬਿਲਕੁਲ ਉਹ ਨਾਪਸੰਦ ਕਰ ਰਹੇ ਆ, ਤਾਂ ਉਹ ਚਾਹੁੰਦੇ ਕਿ ਇਹਨੂੰ ਬੰਦ ਕੀਤਾ ਜਾਵੇ। 2014 ਦੇ ਵਿੱਚ ਦੁਆਬੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੀਡ ਕਰਨ ਵਾਲੇ ਯਾਮਿਨੀ ਗੁੰਮਰ ਨੂੰ ਇਸ ਵਾਰ ਕਾਂਗਰਸ ਨੇ ਹੁਸ਼ਿਆਰਪੁਰ ਲੋਕ ਸਭਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ। ਸਧਾਰਨ ਪਰਿਵਾਰ ਤੋਂ ਨੇ ਤੇ ਟੀਚਿੰਗ ਇਹਨਾਂ ਦਾ ਪ੍ਰੋਫੈਸ਼ਨ ਹੈ, ਕਿਵੇਂ ਇਸ ਚੋਣ ਨੂੰ ਅੱਗੇ ਵਧਾ ਰਹੇ ਨੇ? ਸਾਡੇ ਨਾਲ ਨੇ ਮੈਮ, ਬਹੁਤ ਬਹੁਤ ਸਮਾਂ ਦੇਣ ਦੇ ਲਈ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। 2014 ਦੇ ਵਿੱਚ ਫਾਊਂਡਰ ਮੈਂਬਰ ਸੀਗੇ ਤੁਸੀਂ ਆਮ ਆਦਮੀ ਪਾਰਟੀ ਦੇ, ਮੈਦਾਨ 'ਚ ਵੀ ਆਏ ਔਰ ਇੱਕ ਬੜਾ ਉੱਭਰ ਕੇ ਨਾਮ ਦੁਆਬੇ ਤੋਂ ਸਾਹਮਣੇ ਆਇਆ, ਉਸ ਸਮੇਂ ਨੂੰ ਤੇ ਅੱਜ ਦੇ ਸਮੇਂ ਨੂੰ ਕਿਵੇਂ ਦੇਖ ਰਹੇ ਹੋ ਹੁਸ਼ਿਆਰਪੁਰ ਜ਼ਿਲ੍ਹੇ ਨੂੰ? ਕੁਝ ਜ਼ਿਆਦਾ ਬਦਲਾਵ ਨਹੀਂ ਹੈ। ਜੋ ਮੁੱਦੇ ਉਸ ਟਾਈਮ ਪ੍ਰੋਬਲਮਸ ਲੋਕ ਫੇਸ ਕਰ ਰਹੇ ਸੀ ਉਹੀ ਪ੍ਰੋਬਲਮਸ ਅੱਜ ਵੀ ਲੋਕ ਫੇਸ ਕਰ ਰਹੇ ਹੈ। ਇਨਫੈਕਟ ਮੈਨੂੰ ਲੱਗਦਾ ਕਿ ਟਾਈਮ ਦੇ ਨਾਲ ਉਹ ਪ੍ਰੋਬਲਮਸ ਦੁੱਗਣੀਆਂ ਹੋ ਗਈਆਂ ਨੇ। ਕਾਂਗਰਸ ਦੇ ਵਿੱਚ ਬੜੇ ਦਿੱਗਜ ਲੀਡਰ ਸੀਗੇ ਇਸ ਜ਼ਿਲ੍ਹੇ ਤੋਂ, ਹਾਲਾਂਕਿ ਕਈ ਛੱਡ ਕੇ ਵੀ ਚਲੇ ਗਏ, ਤੁਹਾਡੇ ਤੇ ਪਾਰਟੀ ਨੇ ਕਿਵੇਂ ਭਰੋਸਾ ਕੀਤਾ? ਬਹੁਤ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਬਹੁਤੇ ਦਿਖੇ ਵੀ ਨਹੀਂ ਤੁਸੀਂ ਅੱਗੇ ਆ ਕੇ, ਫਿਰ ਕਿਵੇਂ ਲੱਭਿਆ ਪਾਰਟੀ ਨੇ ਤੁਹਾਨੂੰ? ਦਿਸੀ ਇਸ ਕਰਕੇ ਨਹੀਂ ਕਿਉਂਕਿ ਪਾਰਟੀ ਨਾਲ ਜੁੜੀ ਰਹੀ ਹਾਂ, ਜੋ ਰਿਸਪੋਂਸੀਬਿਲਿਟੀਜ਼ ਪਾਰਟੀ ਨੇ ਦਿੱਤੀਆਂ ਉਹ ਰਿਸਪੋਂਸੀਬਿਲਿਟੀਜ਼ ਆਪਣੀ ਵੱਲੋਂ ਬਖੂਬੀ ਨਿਭਾਉਂਦੀ ਰਹੀ ਹਾਂ ਅਤੇ ਐਜ਼ ਅ ਵਲੰਟੀਅਰ ਕੰਮ ਕਰਦੀ ਰਹੀ ਹਾਂ ਵਰਕਰ ਦੇ ਤੌਰ 'ਤੇ, ਅਤੇ ਮੇ ਵੀ ਪਾਰਟੀ ਨੇ ਮੇਰੀ ਵਰਕਿੰਗ ਦੇਖੀ ਹੋਣੀ ਆ, ਗੱਲਬਾਤ ਸਾਡੀ ਹੋਈ, ਮੇਰੇ ਵਿਊਜ਼ ਉਹਨਾਂ ਨੇ ਪੁੱਛੇ, ਜਨਰਲ ਕਨਵਰਸੇਸ਼ਨ ਕੀਤੀ, ਅਤੇ ਮੇ ਬੀ ਉਹਦੇ ਬੇਸਿਸ 'ਤੇ ਕਾਇੰਡ ਆਫ ਇੰਟਰਵਿਊ, ਮਤਲਬ ਮੈਨੂੰ ਨਹੀਂ ਪਤਾ ਸੀ ਮੇਰੀ ਇੰਟਰਵਿਊ ਹੋ ਰਹੀ ਹੈ, ਬਟ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਇਸ ਗੱਲਬਾਤ ਕਰਕੇ ਉਸ ਬੇਸਿਸ 'ਤੇ ਹੀ ਚੁਣਿਆ ਇਸ ਵਾਰ। ਤੁਹਾਨੂੰ ਸੀਗਾ ਇਸ ਗੱਲ ਦੀ ਉਮੀਦ ਕਿ ਮੈਨੂੰ ਉਤਾਰ ਦੇਣਗੇ ਮੈਦਾਨ? ਨਹੀਂ, ਬਿਲਕੁਲ ਨਹੀਂ, ਕਿਉਂਕਿ ਜਦੋਂ ਮੈਨੂੰ ਸੱਦਿਆ ਗਿਆ ਮੈਨੂੰ ਇਹ ਕਿਹਾ ਗਿਆ ਕਿ ਬਈ ਇਲੈਕਸ਼ਨਸ ਦਾ ਦੌਰ ਹੈ ਅਤੇ ਹਲਕੇ ਦੀ ਡਿਊਟੀ ਦੇਣੀ ਹੈ ਉਹਨਾਂ ਨੇ ਮੈਨੂੰ, ਅਤੇ ਮੈਂ ਤਾਂ ਇਸੇ ਕਰਕੇ ਗਈ ਸੀ ਕਿ ਵੀ ਉਹ ਕਿਸੇ ਹਲਕੇ ਦੀ ਡਿਊਟੀ ਮੈਨੂੰ ਦੇਣ ਲੱਗੇ ਆ, ਕਿਸੇ ਏਰੀਆ 'ਚ ਮੈਨੂੰ ਡਿਊਟੀ ਲਈ ਰੱਖਣ ਲੱਗੇ ਆ, ਅਤੇ ਮਤਲਬ ਮੈਨੂੰ ਕਿਹਾ ਇਹੀ ਗਿਆ ਸੀ ਬਈ ਤੁਸੀਂ ਡਿਊਟੀ ਕਰੋਗੇ? ਮੈਂ ਕਿਹਾ ਹਾਂਜੀ ਬਿਲਕੁਲ, ਜਿੱਥੇ ਤੁਸੀਂ ਲਾਉਂਗੇ ਮੈਂ ਡਿਊਟੀ ਕਰਨ ਨੂੰ ਤਿਆਰ ਹਾਂ, 8 ਸਾਲਾਂ ਤੋਂ ਕਰ ਰਹੀ ਹਾਂ, ਹੁਣ ਕਿਉਂ ਮਨਾ ਕਰਾਂਗੀ? ਜਿਵੇਂ ਬਹੁਤ ਸਾਰੇ ਕਤਾਰ ਦੇ ਵਿੱਚ, ਤੁਸੀਂ ਤਾਂ ਐਕਸਪੈਕਟ ਹੀ ਨਹੀਂ ਕਰਦੇ ਸੀ ਟਿਕਟ ਮਿਲੂਗੀ, ਪਰ ਬਹੁਤ ਸਾਰੇ ਕਤਾਰ ਦੇ ਵਿੱਚ ਹੋਣਗੇ ਜਿਹੜੇ ਟਿਕਟ ਦੀ ਆਸ ਲਾ ਕੇ ਬੈਠੇ ਹੋਣਗੇ, ਕਾਂਗਰਸ ਦੇ ਸੀਨੀਅਰ ਲੀਡਰ ਹੋਣਗੇ, ਤਾਂ ਉਹਨਾਂ ਨੂੰ ਹੁਣ ਤੁਹਾਡੇ ਨਾਲ ਚੱਲ ਰਹੇ ਨੇ ਇਕੱਠੇ ਕਰਨ ਦੇ ਵਿੱਚ, ਤੁਸੀਂ ਸਫਲ ਹੋਏ ਹੋ? ਬਿਲਕੁਲ, ਸਾਰੇ ਹੀ ਨਾਲ ਚੱਲ ਰਹੇ ਆ। ਦੇਖੋ ਤਕਰੀਬਨ 18 ਲੋਕਾਂ ਨੇ ਅਪਲਾਈ ਕੀਤਾ ਸੀ ਜੋ ਮੈਨੂੰ ਪਤਾ ਲੱਗਿਆ, ਅਤੇ ਤਕਰੀਬਨ ਕਿਉਂ ਕਹਾਂਗੀ, ਮੇਰੇ ਖਿਆਲ ਸਾਰੇ ਹੀ ਚੱਲ ਰਹੇ, ਉਹਦੇ 'ਚ ਕਾਫੀ ਸਾਰੇ MCs ਸੀਗੇ, ਅਸੀਂ ਇੱਥੇ ਮਾਰਕੀਟ 'ਚ ਡੋਰ ਟੂ ਡੋਰ ਕਰ ਰਹੇ ਹਾਂ, ਅਤੇ ਸਾਰੇ MCs ਨਾਲ ਤੁਰੇ ਹੋਏ ਆ ਜਿਨ੍ਹਾਂ ਨੇ ਅਪਲਾਈ ਕੀਤਾ ਸੀ। ਇਸ ਤੋਂ ਇਲਾਵਾ ਜਿਹੜੇ ਐਕਸ MLA ਜਿੱਦਾਂ ਆਦਿਆ ਜੀ ਹੋ ਗਏ, ਉਹ ਵੀ ਨਾਲ ਤੁਰ, ਮਤਲਬ ਸਾਰੇ ਹੀ ਨਾਲ ਤੁਰ ਰਹੇ, ਕੋਈ ਚੰਡੀਗੜ੍ਹ ਤੋਂ ਵੀ ਸੀਗੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ, ਅਤੇ ਉਹ ਸਪੈਸ਼ਲੀ ਪਿਛਲੇ ਕੁਛ ਦਿਨ ਪਹਿਲੇ ਉਹ ਸਪੈਸ਼ਲੀ ਚੰਡੀਗੜ੍ਹ ਤੋਂ ਇੱਥੇ ਹੁਸ਼ਿਆਰਪੁਰ ਆਏ, ਅਤੇ ਉਹਨਾਂ ਦੇ ਜਿੰਨੇ ਵੀ ਲਿੰਕਸ ਸੀਗੇ ਉੱਥੇ ਮੈਨੂੰ ਲੈ ਕੇ ਗਏ, ਮੈਨੂੰ ਮੱਥਾ ਟਿਕਵਾਇਆ ਉਹਨਾਂ ਨੇ, ਅਤੇ ਸਾਰੇ ਲਿੰਕਸ ਨਾਲ ਇੰਟਰਡਿਊਸ ਕਰਵਾਇਆ ਕਿ ਵੀ ਇਹ ਤੁਹਾਨੂੰ ਸਾਰੇ ਇਲੈਕਸ਼ਨ ਸਪੋਰਟ ਕਰਨਗੇ। ਆਦਿਆ ਸਾਹਿਬ ਦੀ ਨਾਰਾਜ਼ਗੀ ਦੂਰ ਹੋਈ ਹੈ ਹੁਣ ਗਰਾਊਂਡ ਦੇ ਉੱਤੇ ਹੈਗੇ ਨੇ ਨਾਲ, ਕਿਉਂਕਿ ਤਸਵੀਰਾਂ ਉਹਨਾਂ ਦੀਆਂ ਨਾਰਾਜ਼ਗੀ ਵਾਲੀਆਂ ਆਈਆਂ? ਨਹੀਂ, ਕੋਈ ਨਾਰਾਜ਼ਗੀ ਵਾਲੀ ਤਸਵੀਰ ਨਹੀਂ ਆਈ, ਉਹ ਬਿਲਕੁਲ ਨਾਲ ਹੈ, ਸਵੇਰ ਦੀ ਵੀ ਸਾਡੀ 5-7 ਵਾਰ ਕਨਵਰਸੇਸ਼ਨ ਹੋ ਚੁੱਕੀ ਹੈ, ਕੱਲ੍ਹ ਸ਼ਾਮ ਵੀ ਅਸੀਂ ਇਕੱਠੇ ਸੀ, ਅਤੇ ਜਲਦੀ ਤੁਹਾਨੂੰ ਮੀਟਿੰਗਾਂ ਵੀ ਦੇਖਣ ਨੂੰ ਮਿਲ ਜਾਣਗੀਆਂ। ਜਿਵੇਂ ਸੁੰਦਰ ਸ਼ਾਮ ਅਰੋੜਾ ਹੋਣੀ ਮੰਤਰੀ ਬਣਾਇਆ ਪਾਰਟੀ ਨੇ ਉਹਨਾਂ ਨੂੰ, ਡਾਕਟਰ ਰਾਜ ਕੁਮਾਰ ਚੱਬੇਵਾਲ ਅੱਜ ਤੁਹਾਡੇ ਵਿਰੋਧੀ ਨੇ, ਕਿਵੇਂ ਦੇਖਦੇ ਹੋ ਉਹ ਪਾਰਟੀ ਨੂੰ ਘਾਟਾ ਮਹਿਸੂਸ ਹੁੰਦਾ ਦੇਖ ਰਹੇ ਹੋ ਤੁਸੀਂ ਵੀ ਜਦੋਂ ਕਾਂਗਰਸ ਦੇ ਵੱਡੇ ਲੀਡਰ ਹੋਣਗੇ, ਡਿਪਟੀ CLP ਉਹਨਾਂ ਨੂੰ ਬਣਾਇਆ ਗਿਆ, ਉਹਦੇ ਬਾਵਜੂਦ ਪਾਰਟੀ ਤੋਂ ਛੱਡ ਕੇ ਗਏ, ਸੁੰਦਰ ਸ਼ਾਮ ਅਰੋੜਾ ਛੱਡ ਕੇ ਚਲੇ ਗਏ, ਤਾਂ ਉਹ ਰਿਕਵਰੀ ਕਿਵੇਂ ਕਰੂਗੀ ਜਾਮਨੀ ਗੁੰਮਰ? ਦੇਖਿਓ ਘਾਟਾ ਨਹੀਂ ਹੁੰਦਾ, ਬਟ ਜਿਹੜੇ ਵੋਟਰਸ ਹੁੰਦੇ ਆ ਨਾ ਉਹ ਡਿਸਅਪੁਆਇੰਟ ਹੁੰਦੇ ਆ, ਤਾਂ ਉਹ ਡਿਸਅਪੁਆਇੰਟਮੈਂਟ ਜਿਹੜੀ ਹੈ ਨਾ ਲੋਕਾਂ ਦੀ ਉਹ ਸਾਨੂੰ ਹੈਂਡਲ ਕਰਨੀ ਪੈ ਰਹੀ ਹੈ, ਇੱਦਾਂ ਦਾ ਘਾਟਾ ਕੋਈ ਨਹੀਂ ਹੈ।
ਕਿਵੇਂ ਫਿਰ ਕਰ ਰਹੇ ਹੋ ਤੁਸੀਂ ਉਹਨਾਂ ਦੀ ਨਿਰਾਸ਼ਾ ਨੂੰ ਦੂਰ, ਕਿਉਂਕਿ ਬਹੁਤ ਸਾਰਾ ਕੇਡਰ ਤੇ ਉਹਨਾਂ ਨਾਲ ਵੀ ਜੁੜਿਆ ਹੋਊਗਾ, ਡਾਕਟਰ ਰਾਜਕੁਮਾਰ ਜੱਬਿਆਲ ਉਹਨਾਂ ਦੇ ਨਾਲ ਵੀ ਉਹ ਕੇਡਰ ਜੁੜਿਆ ਹੋਊਗਾ, ਆਪਣੇ ਨਾਲ ਜੋੜਨ ਦੇ ਲਈ ਕਨਵਿੰਸ ਕਿਵੇਂ ਕੀਤਾ ਜਾ ਰਿਹਾ ਕਿਨਾਂ ਕਿ, ਕਿਉਂਕਿ ਵਿਸ਼ਵਾਸ ਤਾਂ ਪਹਿਲਾਂ ਹੀ ਉੱਡਿਆ ਪਿਆ ਉਹਨਾਂ ਦਾ ਲੀਡਰਾਂ ਤੋਂ। ਮੈਂ ਤਾਂ ਸਿਰਫ ਲੋਕਾਂ ਦੇ ਅੱਗੇ ਜਾ ਕੇ ਹੱਥ ਜੋੜ ਰਹੀ ਹਾਂ ਜੀ ਕਿ ਭਰੋਸਾ ਕਰਕੇ ਦੇਖ ਲਓ, ਸ਼ਾਇਦ ਲੋਕ ਮੈਨੂੰ ਉਸ ਨਜ਼ਰ ਨਾਲ ਦੇਖ ਰਹੇ ਆ ਕਿ ਇਹਦੇ ਉੱਪਰ ਭਰੋਸਾ ਕੀਤਾ ਜਾ ਸਕਦਾ ਹੈ ਤੇ ਉਹ ਮੇਰੇ ਉੱਪਰ ਵਿਸ਼ਵਾਸ ਕਰ ਰਹੇ ਆ। ਅੱਛਾ, ਗੜ ਮੰਨਿਆ ਜਾਂਦਾ ਕਹਿੰਦੇ ਬੀਜੇਪੀ ਦਾ ਇਹ ਸਾਰੀ ਬੈਲਟ, ਜੇ ਆਪਾਂ ਕੰਢੀ ਵਾਲੇ ਪਾਸੇ ਨੂੰ ਵੀ ਦੇਖਿਆ ਜਾਵੇ ਤਾਂ ਬੀਜੇਪੀ ਦੇ ਗੜ ਦੇ ਵਿੱਚ ਦੂਸਰੇ ਪਾਸੇ ਵੀ ਮਹਿਲਾ ਨੇ ਔਰ ਉਹ ਮੰਤਰੀ ਵੀ ਕੇਂਦਰ ਦੇ ਵਿੱਚ ਰਹੇ ਨੇ, ਕਿਵੇਂ ਉਹਨਾਂ ਨੂੰ ਜਦੋਂ ਤਸਵੀਰ ਸਾਹਮਣੇ ਦੇਖਦੇ ਹੋ ਤੇ ਕਿਵੇਂ ਮੁਕਾਬਲਾ ਦੇਖਦੇ ਹੋ ਜਾਂ ਫਿਰ ਇਸ ਗੜ ਦੇ ਵਿੱਚ ਉਸ ਗੜ ਨੂੰ ਢਾਉਣਾ ਕਿਵੇਂ ਹੈ? ਦੇਖੋ, ਗੜ ਦੀ ਗੱਲ ਨਹੀਂ ਹੈ, ਗੱਲ ਇਹ ਹੈ ਕਿ ਉਹਨਾਂ ਦੀ ਦੇਣ ਕੀ ਹੈ ਹਜੇ ਤੱਕ ਹੁਸ਼ਿਆਰਪੁਰ ਨੂੰ। ਜਿੱਥੇ ਜਿੱਥੇ ਅਸੀਂ ਜਾ ਰਹੇ ਹਾਂ ਸਪੈਸ਼ਲੀ ਪਿੰਡਾਂ 'ਚ, ਤਾਂ ਪਿੰਡਾਂ 'ਚ ਤੋਂ ਲੋਕ ਕਹਿ ਰਹੇ ਕਿ ਅਸੀਂ ਪਿਛਲੇ 5 ਸਾਲਾਂ 'ਚ ਸਾਡੇ ਜਿਹੜੇ MP ਸਾਹਿਬ ਸੀ ਉਹਨਾਂ ਦੀ ਕਦੀ ਸ਼ਕਲ ਹੀ ਨਹੀਂ ਦੇਖੀ, ਰਾਈਟ? ਤੇ ਜਦੋਂ ਇੱਦਾਂ ਦੇ ਰਿਸਪੋਂਸ ਲੋਕਾਂ ਵੱਲੋਂ ਆਉਂਦਾ ਤੇ ਇਹ ਚੀਜ਼ ਬਹੁਤ ਕਲੀਅਰ ਹੋ ਜਾਂਦੀ ਹੈ ਕਿ ਬਈ ਤੁਸੀਂ ਹਜੇ ਤੱਕ ਕੁਝ ਲੋਕਾਂ ਲਈ ਕੀਤਾ ਨਹੀਂ, ਲੋਕ ਤੁਹਾਨੂੰ ਮਿਲਣਾ ਚਾਹੁੰਦੇ ਆ, ਉਹ ਤੁਹਾਨੂੰ ਕਦੀ ਮਿਲੇ ਨਹੀਂ, ਤੇ ਤੁਸੀਂ ਅੱਜ ਉਹਨਾਂ ਦੇ ਵਾਈਫ ਫੋਨ ਕਰਕੇ ਤੁਸੀਂ ਇਹ ਕਹਿ ਰਹੇ ਹੋ ਜੀ ਮੈਂ ਮੇਰੇ ਹਸਬੈਂਡ ਪਹਿਲੇ ਰਹਿ ਚੁੱਕੇ ਤੇ ਹੁਣ ਮੈਂ ਕੰਮ ਕਰਾਂਗੀ। ਮਤਲਬ ਉਹਨਾਂ ਨੇ ਕੀ ਕੰਮ ਕੀਤਾ? ਪਹਿਲੇ ਤੁਸੀਂ ਲੋਕਾਂ ਨੂੰ ਇਹ ਜਵਾਬ ਦੇ ਦਿਓ। ਬੀਬੀ ਜੀ ਕਹਿੰਦੇ ਮੈਂ ਤਾਂ ਆਪਣੀ ਡਿਊਟੀ ਇੱਥੇ ਬਹੁਤ ਨਿਭਾਈ, ਮੇਰੇ ਤਾਂ ਆਪਣਾ ਜਿਹੜਾ ਨਿੱਜੀ ਤੌਰ ਦੇ ਉੱਤੇ ਮੈਂ ਬਹੁਤ ਸਮਾਜ ਸੇਵਾ ਕੀਤੀ ਆ, ਉਹ ਇਸ ਕਰਕੇ ਲੋਕ ਮੈਨੂੰ ਚਾਹੁੰਦੇ ਨੇ। ਦੇਖੋ, ਇਹ ਤਾਂ ਵਕਤ ਬਤਾਏਗਾ, ਵੋਟਰਸ ਦੱਸਣਗੇ, ਇਲੈਕਸ਼ਨ ਦਾ ਜਦੋਂ ਰਿਜ਼ਲਟ ਆਏਗਾ ਤਾਂ ਸਾਰਾ ਕੁਝ ਸਾਫ਼ ਹੋ ਜਾਏਗਾ। ਡਾਕਟਰ ਰਾਜਕੁਮਾਰ ਚੱਬੀਵਾਲ ਹੁਣ ਨੂੰ ਕਿਵੇਂ ਦੇਖਦੇ ਹੋ? ਸੱਤਾ ਧਿਰ ਹੈ ਪੰਜਾਬ ਦੇ ਵਿੱਚ, ਕੈਂਡੀਡੇਟ ਨੇ ਉਹਨਾਂ ਦੇ, ਤਾਂ ਮੁਕਾਬਲਾ ਕਿਵੇਂ ਦੇਖਦੇ ਹੋ ਉਹਨਾਂ ਦੇ ਨਾਲ, ਸੋਰਸਿਸ ਵੀ ਹੈਗੇ ਨੇ, ਕਿਵੇਂ ਦੇਖਦੇ ਹੋ? ਦੇਖੋ, ਸੋਰਸਿਸ ਡੈਫੀਨੇਟਲੀ ਮੇਰੇ ਕੋਲ ਬਹੁਤ ਘੱਟ ਨੇ ਤੇ ਕਿਸੇ ਕੋਲੋਂ ਵੀ ਛੁਪਿਆ ਨਹੀਂ ਹੈ, ਸਾਰੇ ਹੀ ਜਾਣਦੇ, ਸਾਰੇ ਤਾਂ ਅੱਜ ਮੈਨੂੰ ਕਹਿਣ ਲੱਗ ਗਏ ਆ, ਮਤਲਬ ਐਸ ਕੰਪੇਅਰ ਟੂ ਅਦਰਸ, ਦੋ ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ, ਪਰ ਸਾਰੇ ਅੱਜ ਮੈਨੂੰ ਮਸ਼ਹੂਰ ਕਰਤਾ ਉਹਨਾਂ ਨੇ ਗਰੀਬ ਕੈਂਡੀਡੇਟ ਦੇ ਨਾਂ ਤੋਂ, ਤੇ ਚਲੋ ਠੀਕ ਹੈ। ਬਟ ਮੈਨੂੰ ਇਹ ਪਤਾ ਹੈ ਕਿ ਮੇਰੀ ਜਿਹੜੀ ਐਜੂਕੇਸ਼ਨ ਹੈ, ਮੇਰੀ ਜਿਹੜੀ ਅਬਿਲਿਟੀਜ਼ ਹੈ, ਉਹ ਸ਼ਾਇਦ ਮੈਨੂੰ ਬਹੁਤ ਅਮੀਰ, ਬਹੁਤ ਰਿਚ ਬਣਾਉਂਦੀ ਆ, ਤੇ ਉਹਦੇ ਹੀ ਆਧਾਰ ਤੇ ਮੈਂ ਲੋਕਾਂ ਨੂੰ ਮਿਲ ਰਹੀ ਹਾਂ, ਲੋਕਾਂ ਦੇ ਜਿੱਤ ਦਿਲ ਜਿੱਤ ਰਹੀ ਹਾਂ, ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹਾਂ, ਤੇ ਮੈਨੂੰ ਉਮੀਦ ਹੈ ਕਿ ਹੁਸ਼ਿਆਰਪੁਰ ਦੇ ਜਿੱਦਾਂ ਕਿਹਾ ਜਾਂਦਾ ਲੋਕ ਬਹੁਤ ਹੁਸ਼ਿਆਰ ਹੁੰਦੇ ਆ, ਤੇ ਇਹ ਗੱਲ ਹੁੰਦੀ ਹੈ ਮਤਦਾਨ ਦੀ, ਤੇ ਉਹ ਆਪਣਾ ਮਤਦਾਨ ਬਹੁਤ ਸੋਚ ਸਮਝ ਕੇ ਕਰਨਗੇ। ਅੱਛਾ, ਜਿਵੇਂ ਤੁਸੀਂ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਹੈਗੇ ਹੋ, ਆਪਣਾ ਇੰਸਟੀਚਿਊਟ ਚਲਾਉਂਦੇ ਹੋ ਇੰਗਲਿਸ਼ ਦਾ, ਤਾਂ ਇਹ ਜਿਹੜੀ ਚੋਣ ਲੜਨੀ ਇੱਕ ਪਾਸੇ, ਇਹ ਤਾਂ ਬਹੁਤ ਮਹਿੰਗਾ ਸੌਦਾ ਹੈਗਾ ਮੈਨੂੰ ਲੱਗਦਾ, ਤਾਂ ਇਹਦੇ ਵਿੱਚ ਬਹੁਤ ਖਰਚੇ ਵੀ ਹੁੰਦੇ ਨੇ, ਕਿਵੇਂ ਮੈਨੇਜ ਕਰ ਰਹੇ ਹੋ ਤੁਸੀਂ? ਮੈਨੇਜ ਕਰਨਾ ਡੈਫੀਨੇਟਲੀ ਮੁਸ਼ਕਿਲ ਹੋ ਰਿਹਾ ਹੈ, ਬਟ ਚਲੋ, ਲੋਕਾਂ ਦਾ ਪਿਆਰ ਮਿਲ ਰਿਹਾ ਹੈ, ਤੇ ਮੈਂ ਤੁਹਾਨੂੰ ਇੱਕ ਇੰਸੀਡੈਂਟ ਜ਼ਰੂਰ ਇਹਦੇ ਵਿੱਚ ਦੱਸਣਾ ਚਾਹਾਂਗੀ ਕਿ ਮੈਂ ਪਰਸੋਂ ਦੀ ਗੱਲ ਹੈ ਕਿ ਟਾਂਡੇ ਦੇ ਵਿੱਚ ਇੱਕ ਪ੍ਰੋਗਰਾਮ ਸੀ, ਉੱਥੇ ਆਪਾਂ ਗਏ ਤੇ ਸਡਨਲੀ ਮੈਂ ਉੱਥੇ ਜਾ ਕੇ ਜਿੱਦਾਂ ਹੀ ਬੈਠੀ ਤੇ ਇੱਕ ਬਜ਼ੁਰਗ ਆਏ ਉੱਥੇ, ਉਹਨਾਂ ਨੇ ਮੇਰੇ ਸਿਰ ਦੇ ਉੱਪਰ ਹੱਥ ਰੱਖਿਆ ਤੇ ਮੈਂ ਨਾ ਖੜੀ ਹੋਈ, ਤੇ ਉਹਨਾਂ ਨੇ ਨਾ ਇੱਦਾਂ ਮੇਰਾ ਹੱਥ ਅੱਗੇ ਕਰਕੇ ਮੇਰੇ ਹੱਥ ਦੇ ਉੱਪਰ ਕੁਛ ਰੱਖਿਆ, ਜਦੋਂ ਮੈਂ ਖੋਲ੍ਹ ਕੇ ਦੇਖਿਆ ਤਾਂ ਉਹਦੇ ਵਿੱਚ 100 ਦਾ ਨੋਟ ਸੀ, ਤੇ ਮੈਂ ਉਹ ਬੰਦ ਕਰਕੇ ਮੈਂ ਉਹਨਾਂ ਨੂੰ ਕਿਹਾ ਵਾਪਸ ਲੈਣ ਲਈ, ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਇਹ ਨਾ ਮੇਰੇ ਵੱਲੋਂ ਆਸ਼ੀਰਵਾਦ ਆ, ਤੇ ਮੈਂ ਉਹ ਜਿੱਦਾਂ ਹੀ ਮੁੱਠੀ ਬੰਦ ਕੀਤੀ ਅਚਾਨਕ ਉੱਥੇ ਲਾਈਨ ਲੱਗ ਗਈ, ਤੇ ਮੇਰੇ ਖਿਆਲ ਮੈਂ ਅੱਧਾ ਘੰਟਾ ਖੜੀ ਰਹੀ, ਉਹਨਾਂ ਨੇ ਮੈਨੂੰ ਕਿਹਾ ਕਿ ਬੇਟਾ ਹੁਣ ਤੂੰ ਆਪਣੀ ਝੋਲੀ ਖੋਲ ਲਾ, ਤੇ ਮੈਂ ਆਪਣੀ ਝੋਲੀ ਖੋਲ ਕੇ ਖੜੀ ਹੋ ਗਈ। ਮੈਂ ਪਹਿਲੀ ਵਾਰ ਇਦਾਂ ਦੇਖਿਆ ਸੀ ਕਿ ਲੋਕ ਮੈਨੂੰ ਆਸ਼ੀਰਵਾਦ ਵੀ ਦੇ ਕੇ ਗਏ, 10 ਰੁਪਏ, 20 ਰੁਪਏ, 50 ਰੁਪਏ, 100 ਰੁਪਏ, ਜਿੰਨਾ ਜਿੱਦੇ ਕੋਲੋਂ ਬਣਿਆ ਉਹ ਸਾਰਾ ਕੁਛ ਉਹਨਾਂ ਨੇ ਮੈਨੂੰ ਦਿੱਤਾ, ਆਸ਼ੀਰਵਾਦ ਦਿੱਤਾ, ਤੇ ਮੈਨੂੰ ਇਹ ਕਿਹਾ ਕਿ ਬੇਟਾ ਤੂੰ ਫਿਕਰ ਨਾ ਕਰ, ਠੀਕ ਹੈ, ਅਸੀਂ ਤੈਨੂੰ ਲੋਕ ਸਭਾ 'ਚ ਪਹੁੰਚਾਉਣਾ। ਜਮਨੀ ਜੀ, ਬੜੀ ਚੰਗੀ ਚਲੋ ਗੱਲ ਹੈ, ਹਰ ਕੰਟੈਸਟੈਂਟ ਆਪਣੇ ਵੋਟਰਸ ਨੂੰ ਆਪਣੇ ਵੱਲ ਕਰਨ ਦੇ ਲਈ ਹਰ ਉਪਰਾਲਾ ਕਰਦਾ। ਜਿਵੇਂ ਤੁਸੀਂ ਟਿਕਟ ਲੇਟ ਅਨਾਊਂਸ ਹੋਈ ਹੈ ਹੁਸ਼ਿਆਰਪੁਰ ਦੀ, ਉਸ ਚੀਜ਼ ਦੀ ਕਮੀ ਮੰਨਦੇ ਹੋ ਵੀ ਸਮਾਂ ਘੱਟ ਮਿਲਿਆ ਜਾਂ ਉਸ ਤਰੀਕੇ ਦੇ ਨਾਲ ਪ੍ਰਿਪੇਅਰ ਨਹੀਂ ਸੀ ਮੈਂ ਜਦੋਂ ਮੈਦਾਨ ਦੇ ਵਿੱਚ ਜਾਣਾ, ਤਾਂ ਉਹ ਚੀਜ਼ ਮਹਿਸੂਸ ਹੁੰਦੀ ਹੈ ਜਦੋਂ ਸਮਾਂ ਘੱਟ ਮਿਲਿਆ ਜਾਂ ਲੇਟ ਟਿਕਟ ਅਨਾਊਂਸ ਹੋਈ ਤੁਹਾਡੀ? ਨਹੀਂ, ਇੱਦਾਂ ਕੁਛ ਨਹੀਂ ਹੈ, ਸਮਾਂ ਕਾਫੀ ਸੀ, ਬਟ ਐਕਚੁਅਲੀ ਕਿੱਦਾਂ ਹੁੰਦਾ ਨਾ ਕਿ ਬਈ ਜਦੋਂ ਕਿਸੇ ਨੂੰ ਪਤਾ ਹੁੰਦਾ ਕਿ ਉਹਨਾਂ ਨੇ ਇਲੈਕਸ਼ਨ ਲੜਨੀ ਹੈ, ਤਾਂ ਉਹ 6 ਮਹੀਨੇ ਪਹਿਲੇ ਉਹਦੇ ਲਈ ਪ੍ਰਿਪਰੇਸ਼ਨਸ ਕਰਨੀਆਂ ਸ਼ੁਰੂ ਕਰ ਦਿੰਦਾ, ਮੈਂਟਲੀ ਪ੍ਰਿਪੇਅਰ ਰਹਿੰਦਾ, ਫਾਈਨੈਂਸ਼ਲੀ ਪ੍ਰਿਪੇਅਰ ਰਹਿੰਦਾ। ਬਟ ਆਲ ਆਫ ਅ ਸਡਨ, ਕਿਉਂਕਿ ਇੱਦਾਂ ਹੋਇਆ ਤੇ ਨਾ ਅਸੀਂ ਮੈਂਟਲੀ ਪ੍ਰਿਪੇਅਰ ਸੀ ਨਾ ਅਸੀਂ ਫਾਈਨੈਂਸ਼ਲੀ ਪ੍ਰਿਪੇਅਰ ਸੀ, ਬਟ ਥਿੰਗਸ ਆਰ ਗੇਅਰਿੰਗ ਅਪ, ਤੇ ਹੁਣ ਤੁਸੀਂ ਅਗਲੇ ਹਫ਼ਤੇ ਤੱਕ ਦੇਖੋ ਕਿੱਦਾਂ ਦੌੜਦੇ ਹਾਂ ਅਸੀਂ। ਇੱਕ ਤਾਂ ਸਵਾਲ ਲਊਂਗਾ ਮੈਂ, ਇਸ ਏਰੀਏ ਦੀ ਕੀ ਸਮੱਸਿਆ ਦੇਖੀ ਜਿਹੜੀ ਤੁਸੀਂ ਕਹਿੰਦੇ ਹੋ ਵੀ ਸੋਮ ਪ੍ਰਕਾਸ਼ ਉਹਨਾਂ ਨੇ ਕੁਛ ਨਹੀਂ ਕੀਤਾ ਹੁਸ਼ਿਆਰਪੁਰ ਲੋਕ ਸਭਾ ਦੇ ਵਿੱਚ, ਤੁਸੀਂ ਕੀ ਮਹਿਸੂਸ ਕੀਤਾ ਅੱਜ, ਕੀ ਕਮੀ ਹੈਗੀ ਹੈ? ਦੇਖੋ, ਹਰ ਏਰੀਆ ਦੀ ਨਾ ਆਪਣੀ ਆਪਣੀ ਪ੍ਰੋਬਲਮਸ ਹੈ,
ਠੀਕ ਹੈ ਜੇ ਅਸੀਂ ਇਸ ਏਰੀਆ ਦੀ ਗੱਲ ਕਰੀਏ ਮੈਂ ਸਟਾਰਟ ਕਰਾਂਗੀ ਕਿਉਂਕਿ ਕੰਡੀ ਦੀ ਗੱਲ ਅਸੀਂ ਇੰਟਰਵਿਊ ਤੋਂ ਪਹਿਲਾਂ ਵੀ ਉੱਦਾਂ ਵੀ ਗੱਲ ਕਰ ਰਹੇ ਸੀ ਕੰਡੀ 'ਚ ਗਏ ਉੱਥੇ ਕਿੰਨੇ ਸਾਰੇ ਲੋਕ ਕੱਲ੍ਹ ਸਾਨੂੰ ਮਿਲੇ ਜਿਹੜੇ ਕੰਡੀ ਏਰੀਆ 'ਚ ਹੈ ਨਾ ਆਰਮੀ 'ਚ ਲੋਕ ਬਹੁਤ ਜਾਂਦੇ ਆ ਤੇ ਉਹਨਾਂ ਦੀ ਇਹੀ ਇੱਕ ਇਸ਼ੂ ਆ ਰਿਹਾ ਜਿਹੜੀ ਉਹਨਾਂ ਦੀ ਪੈਨਸ਼ਨ ਦੀ ਪ੍ਰੋਬਲਮ ਚੱਲ ਰਹੀ ਹੈ ਤੇ ਨਾਲ ਹੀ ਅਗਲੀ ਵੀ ਅਗਨੀਵੀਰ ਜਿਹੜੀ ਪੋਲਿਸੀ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈ ਸੈਂਟਰ ਗਵਰਨਮੈਂਟ ਵੱਲੋਂ ਉਹ ਬਿਲਕੁਲ ਉਹ ਨਾਪਸੰਦ ਕਰ ਰਹੇ ਆ ਤੇ ਉਹ ਚਾਹੁੰਦੇ ਕਿ ਇਹਨੂੰ ਬੰਦ ਕੀਤਾ ਜਾਵੇ ਰਾਈਟ ਤੇ ਕਾਂਗਰਸ ਆਲਰੇਡੀ ਆਪਣਾ ਜਿਹੜਾ ਨਿਆਂ ਪੱਤਰ ਲੈ ਕੇ ਆਈ ਹੈ ਉਹਦੇ ਵਿੱਚ ਉਹਨਾਂ ਨੇ ਬਹੁਤ ਕਲੀਅਰ ਕੀਤਾ ਹੈ ਕਿ ਇਹ ਬੰਦ ਕੀਤੀ ਜਾਵੇਗੀ ਇਸ ਤੋਂ ਇਲਾਵਾ ਹੁਸ਼ਿਆਰਪੁਰ ਦੀ ਹੋਰ ਪ੍ਰੋਬਲਮ ਜਿੱਦਾਂ ਆਪਾਂ ਲੋਕਲ ਹੁਸ਼ਿਆਰਪੁਰ ਮਾਰਕੀਟ ਦੇ ਵਿੱਚ ਆ ਤੇ ਇੱਥੇ ਜਿਹੜੇ ਵਪਾਰੀ ਹੈ ਉਹਨਾਂ ਨੂੰ ਵੀ ਬਹੁਤ ਪ੍ਰੋਬਲਮ ਹੈ ਕਿਉਂਕਿ ਕਨੈਕਟੀਵਿਟੀ ਜਿਹੜੀ ਹੁੰਦੀ ਹੈ ਨਾ ਟਰਾਂਸਪੋਰਟੇਸ਼ਨ ਦੀ ਉਹ ਕਿਸੇ ਵੀ ਪਲੇਸ ਦੀ ਡਿਵੈਲਪਮੈਂਟ ਲਈ ਬਹੁਤ ਇੰਪੋਰਟੈਂਟ ਆ ਤੇ ਉਹ ਕਨੈਕਟੀਵਿਟੀ ਮੇਨਲੀ ਜਦੋਂ ਤੁਸੀਂ ਗੁਡਸ ਇੱਧਰ ਉੱਧਰ ਲੈ ਕੇ ਆਉਣੇ ਸਮਾਨ ਲੈ ਕੇ ਆਉਣਾ ਤੇ ਰੇਲਵੇ ਕਨੈਕਟੀਵਿਟੀ ਬਹੁਤ ਜ਼ਰੂਰੀ ਹੈ ਕਿਉਂਕਿ ਬਲਕ ਤੁਸੀਂ ਉਹਦੇ ਥਰੂ ਕਰ ਸਕਦੇ ਹੋ ਤੇ ਉਹ ਕਨੈਕਟੀਵਿਟੀ ਡਾਇਰੈਕਟ ਨਾ ਹੋਣ ਦੇ ਕਰਕੇ ਠੀਕ ਹੈ ਬਿਜ਼ਨਸ ਬਹੁਤ ਇੰਪੈਕਟਡ ਹੈ ਲੋਕਾਂ ਦੀ ਡਿਮਾਂਡ ਹੈ ਕਿ ਉਹ ਕਨੈਕਟੀਵਿਟੀ ਜ਼ਰੂਰ ਹੋਣੀ ਚਾਹੀਦੀ ਆ ਤੇ ਇਸ ਤਰੀਕੇ ਨਾਲ ਯੂਥ ਨੋਟ ਟੂ ਮਿਸ ਯੁਵਾ ਸਾਡੇ ਯੂਥ ਪੰਜਾਬ ਖਾਲੀ ਹੋ ਰਿਹਾ ਠੀਕ ਹੈ ਸਾਰਾ ਸਾਰੇ ਬੱਚੇ ਜਿੱਦਾਂ ਹੀ 12th ਜਾਂਦੇ ਕਈ ਵਾਰ ਤੇ ਇਸ ਤਰ੍ਹਾਂ ਦੇ ਬੱਚੇ ਵੀ ਆਇਲਸ ਕਰਨ ਬਹਿ ਜਾਂਦੇ ਜੋ ਹਜੇ 11th ਪਹੁੰਚੇ ਹੁੰਦੇ ਆ ਰਾਈਟ ਤੇ ਉਹਨਾਂ ਨੂੰ ਇੱਥੇ ਰੋਕਣਾ ਜ਼ਰੂਰੀ ਹੈ ਕੋਈ ਸ਼ੌਕ ਨਾਲ ਜਾਣਾ ਚਾਹੁੰਦਾ ਹੈ ਜਾਏ ਪੜ੍ਹਨਾ ਚਾਹੁੰਦਾ ਹੈ ਪੜ੍ਹੇ ਲੇਕਿਨ ਪੜ੍ਹਨ ਤੋਂ ਬਾਅਦ ਆਪਣੇ ਵਤਨ ਵਾਪਸ ਆਉਣਾ ਜ਼ਰੂਰੀ ਹੈ ਰਾਈਟ ਨਹੀਂ ਤਾਂ ਪੰਜਾਬ 'ਚ ਕੁਛ ਵੀ ਨਹੀਂ ਰਹਿ ਜਾਣਾ ਪੰਜਾਬ ਦੀ ਜਵਾਨੀ ਬਿਲਕੁਲ ਖਤਮ ਹੋ ਜਾਏਗੀ ਸ਼ਾਇਦ ਕੁਛ ਬਜ਼ੁਰਗ ਪੇਰੈਂਟਸ ਰਹਿ ਜਾਣਗੇ ਤੇ ਉਹ ਵੀ ਅਸੀਂ ਦੇਖਾਂਗੇ ਕਿ ਉਹ ਵੀ ਸ਼ਾਮਾਂ ਨੂੰ ਇਕੱਲੇ ਹੀ ਇੱਧਰ ਉੱਧਰ ਘੁੰਮਣਗੇ ਕਿ ਬਈ ਕਰੀਏ ਕੀ ਅਸੀਂ ਤਾਂ ਉਹ ਬਚਾਉਣਾ ਬਹੁਤ ਜ਼ਰੂਰੀ ਹੈ ਫਾਰਮਿੰਗ ਤੁਹਾਨੂੰ ਪਤਾ ਹੀ ਹੈ ਕਿਸਾਨ ਸਾਡਾ ਬੈਠਾ ਤੇ ਇਹ ਸਾਰੇ ਹੀ ਮੁੱਦੇ ਆ ਅੱਛਾ ਆਖਰੀ ਸਵਾਲ ਹੈ ਮੇਰਾ ਆਮ ਆਦਮੀ ਪਾਰਟੀ ਕਿੱਥੇ ਦੇਖਦੇ ਹੋ ਹੱਥੀ ਬੂਟਾ ਲਾਇਆ ਸੀ ਅੱਜ ਉਹ ਬੂਟੇ ਦੀ ਛਾਂ ਲੋਕ ਮਾਣ ਰਹੇ ਨੇ ਭਾਵੇਂ ਦੂਜੀਆਂ ਪਾਰਟੀਆਂ 'ਚ ਆ ਕੇ ਮਾਣ ਰਹੇ ਨੇ ਕਿਵੇਂ ਦੇਖਦੇ ਹੋ ਬੂਟਾ ਅੱਜ ਜਿਹੜਾ ਮਜ਼ਬੂਤ ਨੇ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਇਹਦਾ ਵੀ ਉਹੀ ਆਨਸਰ ਹੈ ਤਾਂ ਟਾਈਮ ਦੱਸੇਗਾ ਠੀਕ ਹੈ ਆਪਾਂ ਤਾਂ ਬੂਟਾ ਇਸੇ ਕਰਕੇ ਲਾਇਆ ਸੀ ਕਿ ਫੱਲੇ ਫੁੱਲੇ ਰਾਈਟ ਬਟ ਕਈ ਵਾਰ ਹੁੰਦਾ ਹੈ ਕਿ ਜਿਸ ਤਰ੍ਹਾਂ ਦਾ ਫਲ ਅਸੀਂ ਸੋਚਦੇ ਹਾਂ ਉਸ ਤਰ੍ਹਾਂ ਦਾ ਫਲ ਨਹੀਂ ਲੱਗਦਾ ਉਸ ਪੇੜ ਨੂੰ ਤੁਸੀਂ ਆਪ ਸੋਚ ਕੇ ਦੇਖ ਲਓ ਉਹ ਪਾਰਟੀ ਜੋ ਸਵਰਾਜ ਦੇ ਨਾਮ ਤੇ ਸ਼ੁਰੂ ਹੋਈ ਸੀ ਅਸੀਂ ਸਵਰਾਜ ਕਿਤਾਬ ਲੈ ਕੇ ਘੁੰਮਦੇ ਸੀ ਸੌਂ ਖਾਂਦੇ ਸੀ ਸਵਰਾਜ ਦੀ ਉਹ ਸਵਰਾਜ ਦੇ ਨਾਮ ਤੇ ਸ਼ੁਰੂ ਹੋਣ ਵਾਲੀ ਪਾਰਟੀ ਅੱਜ ਸ਼ਰਾਬ ਤੇ ਆ ਕੇ ਖਤਮ ਹੋ ਰਹੀ ਹੈ ਆਖਰੀ ਸਵਾਲ ਹੈ ਬੀਬੀ ਜੀ ਨਾਲ ਮੁਕਾਬਲਾ ਸਾਰਿਆਂ ਨਾਲ ਕੰਪੀਟੀਸ਼ਨ ਕੰਪੀਟੀਸ਼ਨ ਇਸ ਕੰਪੀਟੀਸ਼ਨ ਸਾਰਿਆਂ ਨਾਲ ਠੀਕ ਹੈ ਤਾਂ ਯਾਮਨੀ ਗੋਮਰ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਵਿੱਚ ਸਿਆਸਤ ਦੀ ਸ਼ੁਰੂਆਤ ਕੀਤੀ ਸੀ ਪਰ ਅੱਜ ਕਾਂਗਰਸ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਕਹਿੰਦੇ ਨੇ ਵੀ ਕੰਡੀ ਦੇ ਏਰੀਏ ਦੇ ਸਮੱਸਿਆਵਾਂ ਤੋਂ ਲੈ ਕੇ ਹੁਸ਼ਿਆਰਪੁਰ ਲੋਕ ਸਭਾ ਦੇ ਵਿੱਚ ਜਿੱਥੇ ਜਿੱਥੇ ਵੀ ਸਮੱਸਿਆਵਾਂ ਹੈਗੀਆਂ ਨੇ ਜੇਕਰ ਮੈਨੂੰ ਲੋਕ ਜਿਤਾ ਕੇ ਲੋਕ ਸਭਾ ਦੇ ਭੇਜਦੇ ਨੇ ਤਾਂ ਉਹਨਾਂ ਦਾ ਹੱਲ ਕਰਨ ਦੇ ਲਈ ਮੈਂ ਹਮੇਸ਼ਾ ਯਤਨਸ਼ੀਲ ਰਹਾਂਗੇ ਫਿਲਹਾਲ ਤੁਸੀਂ ਬਣੇ ਰਹੋ ਹਮਦਰਦ ਟੀਵੀ ਦੇ ਨਾਲ।